मैं सुखविंदर सिंह सुखी तुहाडे सब दे सामने हाथ बन के बेनती करदा, मैनू मेरी सिमरन दी कोई तां खैर खबर दे दे। किते गल्लां होण सियाणियां, किते उमर अजे नियाणियां, कई नाल नाल जमा तुरदे ने, किसे दे दूर हो जांदे हाणी। ਤੁਹਾਡੀਆਂ ਗੱਲਾਂ ਚੋਂ ਨਾ ਸੱਚੀ ਮੁਹੱਬਤ ਦੀ ਖੁਸ਼ਬੂ ਆਉਂਦੀ ਆ। ਇਹ ਤੇ ਸੁਖੀ ਤੇ ਸਿਮਰਨ ਦੇ ਪਿਆਰ ਦੀ ਕਹਾਣੀ ਆ। ਤੁਸੀਂ ਤੇ ਸਿਮਰਨ ਜੀ ਪਹਿਲੀ ਵਾਰੀ ਕਿਵੇਂ ਮਿਲੇ ਸੀਗੇ? ਓ ਡਬਲ ਰੋਟੀ ਦੀ ਜੇਠੀਏ ਭੈਣੇ, ਆ ਕੀ ਲਿਖਿਆ? ਲਵ ਜੂ। ਐਨੇ ਨਹੀਂ, ਮੈਂ ਲਿਖਿਆ। ਉਹ ਤੂੰ ਕੁੜੀ ਹੋ ਕੇ ਕਿਹੜੀ ਕਿਤਾਬ 'ਚ ਲਿਖਿਆ ਕਿ ਲਵ ਜੂ ਸਿਰਫ ਮੁੰਡੇ ਲਿਖ ਸਕਦੇ ਨੇ? ਪੱਕੀ ਗੱਲ ਆ, ਕੀ ਖਾਣਾ ਚਾਹੁੰਦਾ? ਜੋ ਤੁਸੀਂ ਦੋਗੇ ਕਲਗ मेरी जिंदगी ओदे बिन अधूरी है, सुखी लई सिमरन साहां तो वध जरूरी है। प्लेन क्रैश हादसे च ਤੁਹਾਡੀ ਪਤਨੀ ਤੇ ਤੁਹਾਡੇ ਪਤੀ ਕੋਈ ਵੀ ਨਹੀਂ ਬਚਿਆ। ਇਹ ਸਭ ਤੇ ਕਿਸਮਤ ਦੇ ਹੇਰ ਫੇਰ ਨੇ, ਰੱਬ ਦੇ ਹੱਥ 'ਚ ਨੇ, ਜਿਵੇਂ ਚਾਹੇ ਨਚਾ ਸਕਦਾ ਹੈ। ਜੇ ਕਦੇ ਕਦੇ ਕੋਈ ਹੱਥ ਦੁਬਾਰਾ ਮਿਲੇ ਤਾਂ ਫੜ ਲੈਣਾ ਚਾਹੀਦਾ, ਕੀ ਪਤਾ ਉਹ ਹੱਥ ਰੱਬ ਨੇ ਆਪ ਅੱਗੇ ਕੀਤਾ ਹੋਵੇ। ਮੈਨੂੰ ਤਾਂ 2 ਮਹੀਨੇ ਪਹਿਲਾਂ ਯਕੀਨ ਕਰ ਲੈਣਾ ਚਾਹੀਦਾ ਸੀ ਕਿ ਤੂੰ ਮੈਨੂੰ ਛੱਡ ਕੇ ਚਲੇ ਗਈ ਹੈ। ਟੁੱਟੇ ਹੋਏ ਟੋਟਿਆਂ ਦੇ ਨਾਲ ਨਾਲ ਮੇਰੀ ਯਾਦਾਂ ਨੂੰ ਵੀ ਚੱਕ ਕੇ ਬਾਹਰ ਸੁੱਟ ਦੇ, ਖੁਸ਼ੀ ਨੂੰ ਆਪਣੀ ਜ਼ਿੰਦਗੀ 'ਚ ਆਉਣ ਦੇ। ਹੁਣ ਤਾਂ ਖੁੱਲਮ ਖੁੱਲਾ ਚੱਲ ਰਿਹਾ ਰੋਮਾਂਸ, ਬੇਸ਼ਰਮਾ ਵਾਂਗੂ ਮਿਲ ਰਹੇ ਨੇ ਬੁੱਢੇ ਆਸ਼ਿਕ। ਹੁਣ ਦੇਖੋ ਅਸੀਂ ਤੁਹਾਡੇ ਪਿਆਰ ਦੀਆਂ ਪਿੰਗਾਂ ਕਿਵੇਂ ਅਸਮਾਨੋਂ ਥੱਲੇ ਲਾਉਂਦੀਆਂ। ਕਿਵੇਂ ਭੋਲੀ ਬਣੀ ਜਾਂਦੀ ਹੈ, ਜਿਵੇਂ ਕਿਸੇ ਨੂੰ ਕੁਝ ਪਤਾ ਹੀ ਨਾ ਹੋਵੇ। ਕਿਸੇ ਤੇ ਕੀ ਬੀਤ ਰਹੀ ਹੈ, ਕਿਹੜੇ ਦੁੱਖਾਂ ਚੋਂ ਲੰਘ ਰਹੇ, ਇਹਨਾਂ ਨੂੰ ਕੁਛ ਨਹੀਂ ਪਤਾ। ਜੇ ਕਿਸੇ ਦੁਖਿਆਰੇ ਨਾਲ ਹਮਦਰਦੀ ਦੇ 2 ਬੋਲ ਸਾਂਝੇ ਨਹੀਂ ਨਾ ਕਰ ਸਕਦਾ, ਤਾਂ ਘੱਟੋ ਘੱਟ ਆਪਣੇ ਬੇਵਕਤ ਹਾਸਿਆਂ ਨਾਲ ਉਹਦੇ ਜ਼ਖਮ ਨਾ ਕਰੇ। ਹਾਲ ਵੇਖ ਕੇ ਤੇਰਾ ਸੱਜਣਾ, ਰੂਹ ਮੇਰੀ ਤੋਂ ਚਰ ਨਹੀਂ ਹੁੰਦਾ, ਜਿੱਥੇ ਉਡੀਕਣ ਖੁਸ਼ੀਆਂ ਤੈਨੂੰ ਉਧਰ ਕਦਮ ਵਧਾ ਸੱਜਣਾ।